ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਤੁਹਾਡੇ ਸਾਰਿਆਂ ਨੂੰ। ਅਤੇ ਮੈਂ ਪਰਨਾ ਬੰਨਣਾ, ਹਜੇ ਮੈਂ ਇੱਦਾਂ ਉੱਠ ਕੇ ਆ ਗਿਆ। ਇੱਕ ਮੋਰਨਿੰਗ ਗੇੜਾ ਕੱਢ ਕੇ ਆਉਂਦੇ ਆ ਟਰੈਕਟਰ 'ਤੇ। ਹਾਂ, ਖੜਾ ਗਾ ਮੇਰਾ ਫਸਟ ਲਵ। ਕਿਵੇਂ ਆ ਫਿਰ ਚੋ ਭਰਾ, ਕਿਵੇਂ ਆ? ਠੀਕ ਆ, ਚਲੋ ਇੱਥੇ ਗੇੜਾ ਕੱਢ ਕੇ ਆਈਏ। ਅਤੇ ਫਸਟ ਲਵ ਤਾਂ ਸਵੇਰੇ ਸਵੇਰੇ ਮੇਰਾ ਇੱਕ ਪੱਖੀ, ਉਹ ਚਾਬੀ ਹੈਗੀ ਇੱਕ ਵਿੱਚ, ਮੈਂ ਕਿਤੇ ਚਾਬੀ ਹੋਣੀ ਨਹੀਂ। ਇੱਕ ਮਿੰਟ, ਚਲੋ ਇਹਨੂੰ ਸਟਾਰਟ ਕਰ, ਸੈਲਫ ਮਾਰ ਕੇ ਮੈਂ ਜਦੋਂ ਜਦੋਂ ਪਰੇ ਕਰਦਾ ਫਿਰ ਸ਼ਟਰ ਚੱਕਦਾ, ਫਿਰ ਇਹਨੂੰ ਬਾਹਰ ਹੀ ਕੱਢਦੇ ਹਾਂ। ਚਾਚਾ ਵੀ ਬਾਹਰਲੇ ਘਰ ਹੀ ਹੋਣਾ, ਸੈਲਫ ਉੱਤੇ ਚੜਕੀ ਮਾਰਨੀ ਪਊ ਕਿਉਂਕਿ ਗੇਅਰ ਸਿਆਂ ਕੱਢਣਾ ਪੈਣਾ ਅਤੇ ਫਿਰ ਆਪਾਂ ਨੂੰ ਚੌਕ ਸਿਆਂ ਵਿੱਚ ਕਰਨੀ ਪੈਣੀ ਆ। ਹੁਣ ਆਪਾਂ ਸੈਲਫ ਰੈਡੀ ਟੂ ਗੋ ਹਾਂ। ਟੈਂਕੀ ਜਾ ਰਹੀ ਆ, ਸੂਈ ਫੁੱਲ 'ਤੇ ਫੁੱਲ 'ਤੇ ਜਾ ਜਾ ਜਾ। ਇਹਦਾ ਆਪਾਂ ਤੇਲ ਵੀ ਘਟਾਉਂਦੇ ਹਾਂ ਅੱਜ, ਹੈ ਨਾ? ਅਤੇ ਆਪਾਂ ਇਹਦੀ ਰੇਸ ਨੋਰਮਲ ਕਰਨੀ ਹੈ, ਠੀਕ ਆ? ਸਾਰਾ ਕੁਛ ਆਪਾਂ ਇਹਦਾ ਓਰੀਜਨਲ ਕਰ ਦੇਣਾ ਗਾ ਅਤੇ ਬਾਹਰ ਕੱਢਦੇ ਹਾਂ, ਪਹਿਲਾਂ ਫੇਰ ਕਰਦੇ ਹਾਂ। ਠੰਡਾ ਚਲੋ ਇਹਨੂੰ ਬਾਹਰ ਕੱਢੀਏ। ਹੁਣ ਅਸੀਂ ਪਤਾ ਕਰਕੇ ਆਉਣਾ ਮਿਸਤਰੀ ਤੋਂ, ਲੱਕੜ ਵਾਲੇ ਤੋਂ। ਇਹਦਾ ਪਿਛਲਾ ਬਣਵਾ ਕੇ ਲਿਆਉਂਦੇ ਹਾਂ ਕਿ ਆਪਣੇ ਕੋਲ ਪਲਾਈਵੁੱਡ ਪਿਆ ਗਾ ਅਤੇ ਅੰਦਰ ਪਿਆ ਗਾ, ਖੜੇ ਤੁਹਾਨੂੰ ਦਿਖਾਉਣਾ ਮੈਂ। ਪਹਿਲਾਂ ਲੱਕੜੀ ਵਾਲਾ ਮਿਸਤਰੀ ਕੋਲ ਪਤਾ ਕਰਕੇ ਆਈ ਆਪਣਾ ਪਲਾਈ, ਉਹ ਪਈਆ ਵੱਡਾ ਪੀਸ ਅਤੇ ਉਹ ਆਪਾਂ ਲੈ ਚੱਲਾਂਗੇ। ਅੱਛਾ ਮਾੜਾ ਪੁੱਛ ਕੇ ਆਵੇਂਗਾ ਬਿੱਲੂ ਨੂੰ। ਲਓ ਜੀ ਮਿੱਤਰੋ, ਅਸੀਂ ਬੋਰਡ ਲਵਾਉਣਾ ਸੀ, ਬੋਰਡ ਚੱਕ ਲਿਆ ਸੀ, ਆਹ ਲਾ ਕੇ ਦੇਖਦੇ ਸੀ ਇਹ ਸੈੱਟ ਨਹੀਂ ਬੈਠੇ, ਸੋਹਣੇ ਨਹੀਂ ਲੱਗਦੇ ਹੈਗੇ। ਅਤੇ ਆਪਾਂ ਇਹ 'ਤੇ ਅਗਰ ਬੋਰਡ ਲਵਾ ਲਈਏ ਇਹ, ਅਤੇ ਫਿਰ ਮੈਂ ਪਿੱਛੋਂ ਸੋਹਣਾ ਲੱਗੂ। ਆਹ ਲਾ ਦਿਓ ਯਾਰ, ਆਹ ਖੋਲ੍ਹਦੇ ਪੇਜੇ। ਮੈਂ ਖੋਲ੍ਹਾਂ ਖੋਲ੍ਹਦਾ ਮੈਂ ਇੱਕ ਮਿੰਟ। ਓਹੋ ਦੇਖੋ ਕਟਿੰਗ ਹੋ ਰਹੀ ਆ ਉਹਦੀ ਬੋਰਡ ਦੀ, ਔਰ ਫਿਰ ਇੱਧਰ ਨੂੰ ਆ ਗਿਆ ਬੁਰਾ ਜਿਹਾ, ਬੁਰੇ ਤੋਂ ਪਰੇ ਚੱਲੀ ਆਪਾਂ। ਲਓ ਜੀ ਆਹ ਬੋਰਡ ਦੀ ਕਟਿੰਗ ਹੋ ਗਈ ਸੀ, ਆ ਗਿਆ ਫੜਦਾ। ਓ ਰਹੀ ਰਹੀ ਦੀਪ ਹੋ ਰਿਹਾ, ਆਹ ਫੜ ਮਿਸਤਰੀ ਜੀ ਲਾਉਣ ਲੱਗਿਆ ਸੀ। ਤੁਹਾਨੂੰ ਕਰਿਓ ਮਾੜਾ ਸਿੱਧਾ ਕੱਢਿਓ, ਇੱਕ ਮਿੰਟ ਥੱਲੇ ਬਰਾਬਰ ਕਰਿਓ ਮਾੜਾ ਜਿਹਾ। ਚੱਕੋ ਥੱਲੇ ਬਰਾਬਰ ਹੋ ਗਿਆ, ਇਹ ਚੌਰ ਸੀ ਨਾ ਲਾ ਦਈਏ, ਫਿਰ ਤਾਂ ਬਾਹਲਾ ਸੌਖਾ ਨਾ, ਆਪਾਂ ਨੂੰ ਕੋਈ ਕੰਨ ਦੀ ਵੀ ਲੋੜ ਹੈ ਨਾ। ਲਓ ਜੀ ਲੱਗ ਗਿਆ ਬੋਰਡ ਜਮਾ ਪੂਰਾ ਪੂਰਾ, ਹੁਣ ਵਧੀਆ ਲਾ ਦਾਗਾ ਇਹ ਤੇ, ਹੁਣ ਆਪਾਂ ਲੈਦਰ ਲਾ ਦਾਂਗੇ ਸਹੀ ਆ। ਹੁਣ ਜਮਾ ਸਕੂ ਲਾਤੇ ਬਾਈ ਨੇ, ਆਪਾਂ ਪੇਟੀ ਦੇ ਪਿੱਛੇ ਪੀਸ ਲਾਇਆ ਉਹਦਾ, ਆਪਾਂ ਲੈਦਰ ਲੈਣਾ ਆਏ ਸੀਗੇ। ਲੈਦਰ ਆਪਾਂ ਜਾ ਕੇ ਉਹਦੇ ਪਿੱਛੇ ਘੁੰਮਾ ਕੇ ਫਿੱਟ ਕਰ ਦਾਂਗੇ ਉਹਨੂੰ ਪੱਲੇ ਨੂੰ। ਲੈਦਰ ਦੇਖੋ ਤੁਸੀਂ ਇੱਦਾਂ ਦਾ ਗਾ, ਬਲੈਕ ਆਪਣੇ ਕੋਲ ਮੁੱਕ ਗਿਆ ਸੀਗਾ ਜਿਹੜਾ ਪਿਆ ਸੀ ਘਰੇ ਥੋੜ੍ਹਾ ਪੀਸ, ਹੁਣ ਲੈ ਚੱਲਾਂਗੇ ਜਾ ਕੇ ਪੇਟੀ ਦੇ ਉਹਦੇ ਪਿੱਛੇ ਲਾਉਂਦੇ ਹਾਂ, ਫਿਰ ਦਿਖਾਉਂਦੇ ਹਾਂ ਗੱਲਬਾਤ। ਅਤੇ ਅੱਗੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਹਾਂ, ਤੁਹਾਨੂੰ ਪਤਾ ਹੀ ਆ ਵੀ ਆਈ ਪੀ ਐਲ ਬਹੁਤ ਜਲਦੀ ਆ ਰਿਹਾ ਹੈਗਾ ਅਤੇ ਆਪਣੀ ਸਾਰੀ ਕੰਟਰੀ ਇਹਦੇ ਲਈ ਵੇਟ ਕਰ ਰਹੀ ਹੈਗੀ। ਅਤੇ ਮੇਰਾ ਫਰੈਂਡ ਹੈਗਾ ਜਿਹੜਾ ਕਿ ਐੱਮ ਈ ਐੱਲ ਤੋਂ ਆ, ਉਹ ਪ੍ਰਪੇਅਰ ਕਰ ਰਿਹਾ ਹੈਗਾ ਲਾਰਜ ਸਕੇਲ 'ਤੇ ਕੌਂਸਰਟ ਵਿਦ ਕੂਲ ਪ੍ਰਾਈਜ਼ਿਸ। ਥੋੜ੍ਹੇ ਦਿਨਾਂ ਤੱਕ ਕੈਂਪੇਨ ਦੀ ਸਾਰੀ ਡਿਟੇਲ ਵੈਬਸਾਈਟ 'ਤੇ ਆਜੂਗੀ, ਜਿਹਦੇ ਵਿੱਚ ਤੁਹਾਨੂੰ ਐਪਲ ਏਅਰਪੋਰਡ 3 ਅਤੇ ਆਈਫੋਨ 15 ਪ੍ਰੋ ਮੈਕਸ ਅਤੇ ਨਾਲ ਨਾਲ ਸਭ ਤੋਂ ਸੁਪਰ ਪ੍ਰਾਈਜ਼ KTM 390 ਅਤੇ ਡਿਊਕ 2024 ਜਿੱਤਣ ਦਾ ਤੁਹਾਨੂੰ ਮੌਕਾ ਮਿਲੂਗਾ। ਅਤੇ ਤੁਹਾਨੂੰ ਵੀ ਪਤਾ ਗਾ ਬਹੁਤ ਘੈਂਟ ਬਾਈਕ ਅਤੇ ਇਹ ਬਹੁਤ ਘੈਂਟ ਪ੍ਰਾਈਜ਼ ਹੈਗੇ, ਅਤੇ ਮੈਂ ਤੁਹਾਨੂੰ ਹੁਣੇ ਐਡਵਾਈਸ ਕਰੂੰਗਾ, ਹੁਣੇ ਤੁਸੀਂ ਲਿੰਕ 'ਤੇ ਕਲਿੱਕ ਕਰੋ, ਰਜਿਸਟਰ ਕਰੋ ਵੈਬਸਾਈਟ 'ਤੇ, ਅਤੇ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆ। ਫਸਟ ਆਈ ਪੀ ਐੱਲ ਗੇਮ ਦੇ ਵਿਨਰਸ ਚੂਜ਼ ਕਰੋ ਅਤੇ ਵੇਟ ਕਰੋ ਕੰਪੀਟੀਸ਼ਨ ਸਟਾਰਟ ਹੋਣ ਦਾ। ਜਿੱਤਣ ਦੇ ਚਾਂਸਸ ਵਧਾਉਣ ਲਈ ਮੇਰਾ ਪ੍ਰੋਮੋ ਕੋਡ ਯੂਜ਼ ਕਰੋ, ਜੋ ਤੁਹਾਨੂੰ ਦਊਗਾ ਬੋਨਸ ਤੁਹਾਡੇ ਫਸਟ ਡਿਪੋਜ਼ਿਟ ਤੇ 33,000। ਡੋਂਟ ਹੈਜ਼ੀਟੇਟ, ਵਿਨ ਮੋਰ ਵਿਦ ਮਿਲ। ਚਲੋ ਹੁਣ ਆਪਾਂ ਵੀਡੀਓ ਦੀ ਹੋਰ ਵੱਧਦੇ ਹਾਂ। ਲਓ ਜੀ ਅਸੀਂ ਲੈਦਰ ਲੈ ਕੇ ਘਰੇ ਆ ਗਏ ਅਤੇ ਅਸੀਂ ਪੁੱਠਾ ਕਰਕੇ ਰੱਖ ਲਿਆ ਅਤੇ ਹੁਣ ਇੱਥੇ ਆ ਰੱਖੀ ਪੱਟਾ ਜਿਹਾ, ਅਸੀਂ ਖੋਲ੍ਹ ਲਿਆ ਉਹਦੇ ਤੋਂ। ਯੈਸ ਇੱਦਾਂ ਤੱਕ ਇਹ ਕਾਨ ਚਾ ਕਹਿੰਦਾ, ਕਾਨ ਚਾ ਕੁਛ ਨਹੀਂ ਹੁੰਦਾ, ਆਪਾਂ ਤਾਂ ਫੋਲਡ ਹੀ ਕਰਨਾ ਹੈਗਾ। ਨਹੀਂ ਨਹੀਂ ਆਪਾਂ ਪੁੱਠਾ ਰੱਖਤਾ, ਤਾਂ ਇਹ ਦੂਜੇ ਲੋਟ ਰੱਖੇ ਨੂੰ ਘੁਮਾ ਕੇ, ਬਸ ਠੀਕ ਆ। ਲਓ ਜੀ ਟਰੈਕਟਰ ਅਸੀਂ ਅੰਦਰ ਕਰਤਾ ਕਿਉਂਕਿ ਜਿਹੜੇ ਬੰਦੇ ਨੇ ਲੈਦਰ ਲਾਉਣਾ ਸੀਗਾ ਉਹ ਹੈ ਨਹੀਂ, ਅਤੇ ਜਿਹਨੇ ਇੱਥੇ ਸਟੈਪਲਰ ਲਾਉਣੇ ਆ ਲੈਦਰ ਇਕੱਠਾ ਕਰਕੇ ਰੱਖਤਾ। ਅਤੇ ਜਦੋਂ ਉਹ ਆਊਗਾ ਉਦੋਂ ਦੇਖਦੇ ਹਾਂ। ਅਸੀਂ ਛਤਰੀ 'ਚੋਂ ਉਹ ਖੋਲ੍ਹਦੇ ਸੀਗੇ, ਅਸੀਂ ਛਤਰੀ 'ਚ ਡਾਊਨ ਸਲਿੰਗ ਨਵੀਂ ਕਰਨੀ ਆ, ਅਤੇ ਆਹ ਚੀਜ਼ ਆ ਜਿਹੜੀ ਹੈ ਨਾ ਇਹਦਾ ਦੇਖਦੇ ਹਾਂ ਵੀ ਕੀ ਕਰੀਏ। ਇਹ 'ਤੇ ਲੈਦਰ ਜਾਂ ਤਾਂ ਨਵਾਂ ਲੱਗ ਜੂ, ਇੰਨਾ ਕੁ ਟੋਟਾ ਉਹ ਕਰ ਦਈਏ, ਪਲਾਈ ਦਾ ਲਾ ਦਈਏ, ਹੈ ਨਾ? ਅਤੇ ਦੇਖਾਂਗੇ ਇਹਦਾ ਕੀ ਬਣਾਈਏ, ਇਹਦੇ 'ਚ ਹੁਣ ਐਜ਼ ਕੀ ਡਿਜ਼ਾਇਨ ਜੂਨ ਪਾਈਏ।
ਤੇ ਆਹ ਤਾਂ ਚਲੋ ਹੁਣ ਪੁਰਾਣਾ ਹੋ ਗਿਆ ਸੀਗਾ, ਆਹ ਖੋਲ ਦੇਣੀ ਆ ਸਕਰੀਨ, ਇਹ ਜਗ੍ਹਾ 'ਤੇ ਕੁਛ ਹੋਰ ਲਾਵਾਂਗੇ ਹੁਣ। ਮੇਰਾ ਇਹ ਪਲੈਨ ਆ ਵੀ ਜਿਵੇਂ ਥਾਰ ਦੇ ਉੱਤੇ ਨਾ, ਜਿਵੇਂ ਜੀਵੇਂਗਲ ਦੇ ਉੱਤੇ ਲਾਈਟਾਂ ਲੱਗੀਆਂ ਹੁੰਦੀਆਂ ਨੇ ਨਾ, ਉਹ ਮੂਹਰੇ ਚਿੱਟੀਆਂ ਮਗਰ ਰੈੱਡ ਜਿਹੜੀ ਬ੍ਰੈਵਸ ਕਿੱਟ 'ਚ ਲੱਗਦੀਆਂ ਨੇਗੀਆਂ, ਉਵੇਂ ਕੁਛ ਬਣਾਈਏ ਇਹਦੇ ਉੱਪਰਲੇ ਪਾਸੇ ਫਾਈਬਰ 'ਤੇ, ਠੀਕ ਆ ਫਾਈਬਰ 'ਤੇ ਬਣਾਈਏ ਆਪਾਂ, ਇਹ 'ਤੇ ਘੱਟ ਮੋਡੀਫਿਕੇਸ਼ਨ ਕਰੀਏ ਥੱਲੇ ਵਾਲੀ ਸਾਈਡ, ਥੱਲੇ ਵਾਲੀ ਸਾਈਡ ਨੂੰ ਸਿੰਪਲ ਕਰਕੇ ਜਿਵੇਂ ਇਹ ਲੱਗਿਆ ਹੋਇਆ ਨੂਰ ਵਗੈਰਾ ਇਹ ਇੱਦਾਂ ਹੀ ਰੱਖ ਲਾਂਗੇ ਆਪਾਂ, ਅਤੇ ਜਿਹੜਾ ਇਹਦਾ ਫਰੰਟ ਸਾਈਡ ਇੱਥੇ ਕੁਛ ਲਾ ਦਾਂਗੇ। ਲਓ ਜੀ ਮਿੱਤਰੋ, ਅਸੀਂ ਚਾਚੇ ਵਾਲੇ ਕਮਰੇ 'ਚ ਬੈਠੇ ਸੀ, 15 ਇੰਚ 2 ਸਬਵੂਫਰ ਜਿਹੜੀ ਆਪਣੀ ਪੇਟੀ ਸੀਗੀ 10 ਇੰਚੀ ਵਾਲੀਆਂ ਦੋਨੇ ਅਸੀਂ ਅਲੱਗ ਕਰਤੀਆਂ ਇਹਦੇ ਤੋਂ, ਅਤੇ ਅਸੀਂ ਇੱਦਾਂ ਕਰ ਲਈਏ ਪੇਟੀ, ਦੇਖੋ ਤੁਸੀਂ ਪੁੱਠੇ ਕਰਕੇ ਲਾਤੇ 15 ਇੰਚੀ, ਅਤੇ ਕਿੰਨੇ ਸੋਹਣੇ ਲੱਗਦੇ ਨਾ ਕਿੱਕਰ ਦੇ, ਮੈਂ ਕਹਿੰਦਾ ਉਹਨੂੰ ਐਂ ਫਿੱਟ ਕਰ ਦਈਏ ਆਪਾਂ ਟਰੈਕਟਰ ਦੇ ਪਿੱਛੇ, ਹੈ ਨਾ ਬਾਹਲੀ ਘੰਟ ਲੱਗੂਗੀ, ਇਹਨੂੰ ਐਂ ਆਪਾਂ ਟਰੈਕਟਰ ਦੇ ਪਿੱਛੇ ਫਿੱਟ ਕਰ ਦਈਏ, ਅਤੇ ਇਹਦੀ ਵਾਇਰਿੰਗ ਜੀ ਮੈਂ ਕਰਨ ਲੱਗਾ ਸੀਗਾ, ਇਹਦੀ ਵਾਇਰਿੰਗ ਕਰਦੇ ਹਾਂ, ਅਤੇ ਬਾਹਲੀ ਘੈਂਟ ਲੱਗੂਗੀ ਯਾਰ ਟਰੈਕਟਰ ਦੇ ਪਿੱਛੇ ਲੱਗੀ ਹੋਈ, ਦਿਖਾਵਾਂ ਤੁਹਾਨੂੰ। ਉਹ ਸੀਗਾ ਆਪਣਾ ਜੌਂਡੀਅਰ, ਉਹਦੇ ਪਿਛਲੇ ਪਾਸੇ ਆਪਾਂ ਦੇਖਦੇ ਹਾਂ ਕਿ ਰੱਖ ਕੇ ਕਿੱਧਰ ਨੂੰ ਲਾਈਏ, ਮੁੰਡਾ ਲਿਆਉਂਦਾ ਪੇਟੀ ਚੱਕ ਕੇ। ਅਸੀਂ ਇਹ 15 ਇੰਚੀ ਦੀ ਪੇਟੀ ਲਿਆ ਕੇ ਡਰਾਵਰ 'ਤੇ ਰੱਖ ਤਾ ਦਿੱਤੀ, ਪਰ ਇਹ ਵੱਡੀ ਵਾਲੀ ਆ, ਹੈ ਨਾ ਵਾਲੀ ਨਜਾਇਜ਼ ਵੱਡੀ ਆ ਨਾ, ਅਤੇ ਇਹਨੂੰ ਕਿੱਥੇ ਫਿੱਟ ਕਰੀਏ ਫਿਰ, ਇਹਦੇ ਪਿੱਛੇ ਕੀ ਲਾਈਏ ਉਰੇ, ਜੇ ਆਪਾਂ ਇਹ ਫਿੱਟ ਕਰ ਵੀ ਦਿੱਤੇ, ਐਨੂੰ ਮੂੰਹ ਕਰਕੇ ਦੇਖੀ ਇਹਨੂੰ, ਐਨੂੰ ਮੂੰਹ ਕਰਕੇ ਰੱਖੀ ਮਾੜਾ ਜਿਹਾ, ਐਨੂੰ ਮੂੰਹ ਕਰਕੇ ਰੱਖਦੇ ਹਾਂ, ਅੱਛਾ ਐਂ ਬਾਲਾ ਘੈਂਟ ਨਹੀਂ ਲੱਗਦਾ, ਐਂ ਤਾਂ ਐਂ ਲੱਗਦਾ ਜਿਵੇਂ ਮਗਰ ਉਹ ਕੋਈ ਹੈ ਨਾ ਕੋਈ ਮਸ਼ੀਨ ਗੰਨ ਲੱਗੀ ਹੁੰਦੀ ਆ ਕੋਈ, ਹੈ ਨਾ ਸਟਾਰਟ ਕਰੇ ਥੋੜ੍ਹੀ ਜਿਹੀ ਲਿਫਟ ਚੱਕਾਂ, ਲਿਫਟ ਚੱਕ ਕੇ ਦੇਖਦਾ ਥੋੜ੍ਹੀ ਜਿਹੀ ਸਟਾਰਟ ਕਰਕੇ, ਇੱਕ ਮਿੰਟ ਤਾਂ ਚੜ੍ਹ ਕੇ ਚੱਕਦਾ, ਫੜ ਕੇ ਰੱਖੀ ਇਹਨੂੰ, ਲਿਫਟ ਤਾਂ ਮੈਂ ਚੱਕਤੀ, ਕਿੰਨੀ ਗੁੱਚੀ ਚਲੀ ਗਈ, ਉਹ ਇੱਥੇ ਠੀਕ ਆ, ਓਏ ਜਮਾਂ ਹੀ ਠੀਕ ਆ ਇੱਥੇ, ਹੈ ਨਾ ਇੱਧਰ ਉਹਦੇ ਇਹ 'ਚ ਨਾਲ ਲੱਗ ਗਈ, ਹਾਂ ਵਿੱਚ ਫਸ ਗਈ, ਇਹਦੇ ਵਿੱਚ ਫਸ ਗਈ, ਓਏ ਡਿੱਗ ਪਈ ਸੀ, ਇੱਥੇ ਸਹੀ ਲੱਗਦੀ ਆ ਜੇ ਇੱਥੇ ਫਿੱਟ ਹੋ ਜਾਵੇ, ਹੈ ਨਾ ਲਿੰਕਾਂ ਖੋਲ ਦਾਂਗੇ ਇਹਦੀਆਂ ਆਪਾਂ, ਅਤੇ ਇਹ ਪੱਤੀਆਂ ਵੜਵਾ ਦਾਂਗੇ ਲਿੰਕਾਂ ਖੋਲ ਕੇ, ਥੱਲੇ ਹੁੱਕ ਐਂ ਐਂ ਰੱਖ ਲਾਂਗੇ, ਹੁੱਕ ਪੈਂਦੀ ਕਰ ਦਾਂਗੇ ਕਿਸੇ ਲੋਟ, ਇਹਨੂੰ ਐਂ ਚੱਕਦੇ ਮਾੜਾ, ਹੋਰ ਐਂ ਫੜ ਕੇ ਰੱਖੀ ਇੱਥੇ ਜੇ ਤਾਂ ਚੱਕ ਕੇ, ਹੈਂ ਜਾਂਦੀ ਨਹੀਂ, ਨਹੀਂ ਨਹੀਂ ਜਾਂਦੀ, ਹਾਂ ਇੱਥੇ 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 ਕੱਟ ਪਵਾ ਦਾਂਗੇ, ਜਾਂ ਤਾਂ ਇੱਥੋਂ ਕੱਟ ਪਵਾ ਕੇ ਇਹਨੂੰ ਉਹ ਕਰਾ ਦਾਂਗੇ, ਇਹਦੇ ਵਿੱਚ ਪੈਂਦੀ ਇੱਥੇ ਸਿਰੇ ਆ, ਐਂ ਵੀ ਠੀਕ ਆ, ਪਰ ਉਵੇਂ ਉਵੇਂ ਰੱਖੀ ਮਾੜੀ, ਹਾਂ ਐ ਐ ਵਾਲੀ ਸਿਰੇ ਲੱਗਦੀ ਓਏ, ਹੈ ਨਾ ਪਿੱਛੇ ਨੂੰ ਤੋਪ ਜੀ, ਅਤੇ ਇਹਦੇ ਉੱਤੇ ਆਪਾਂ ਸਪੀਕਰ ਰੱਖ ਕੇ ਦੇਖੀਏ, ਰੱਖੀ ਸਪੀਕਰ ਜੇ ਹਾਲੇ ਪਏ ਹਾਲੇ ਪਏ, ਇਹਦੇ ਉੱਪਰ ਐਂ ਸਪੀਕਰ ਲਾ ਦਿੰਦੇ ਹਾਂ, ਇਹਨੂੰ ਵੱਢ ਕੇ ਸਿੱਧੀ ਜੀ ਕਰ ਦਾਂਗੇ ਪੇਟੀ, ਆ ਦੂਜੀ ਦੂਜੀ ਦੂਜੀ, ਕੋਈ ਨਾ ਰੱਖਦੇ ਦੋਨੇ ਜਾਣੇ ਚੱਕ ਕੇ, ਨਾਲ ਆ ਪੇਟੀ ਰੱਖ ਦਿੰਦੇ ਹਾਂਗੇ ਆਪਾਂ ਸਪੀਕਰਾਂ ਵਾਲੀ, ਐਂ ਲਾ ਦਿੰਦੇ ਹਾਂ, ਜਗਾੜ ਸੋਹਣਾ ਬਹੁਤ ਲੱਗੂਗਾ, ਇਹ ਲੱਗਿਆ ਹੋਇਆ ਬੂਫਰ ਪੁੱਠੇ ਕਰਕੇ ਲਾਏ ਹੋਏ, ਅਤੇ ਵੱਜਣਾ ਤਾਂ ਇਹਨਾਂ ਨੇ ਕੀ ਆ, ਵੱਜਣ ਤਾਂ ਘੱਟ ਹੀ ਗਏ, ਘੱਟ ਹੀ ਵੱਜਣਗੇ, ਬਾਕੀ ਚਲੋ ਦੇਖਦੇ ਹਾਂ ਕੀ ਇਹਨਾਂ ਦਾ ਸਿਸਟਮ ਹੋਊਗਾ, ਆਪਣੇ ਕੋਲ ਐਂਪ ਪਏ ਆ, ਅਤੇ ਅਲਾਈ ਹਾਂ ਇਹਨੂੰ ਇਹਨੂੰ ਪੁੱਠੀ ਕਰਕੇ ਲੱਗੂ, ਇੱਥੋਂ ਵੱਢਣੀ ਪਊਗੀ, ਇੱਥੋਂ ਸਿੱਧੀ ਕਰਨੀ ਪਊਗੀ, ਐਂ ਜਮਾਂ ਦੇਖ ਇੱਥੋਂ ਜਮਾਂ ਸਿੱਧੀ ਕਰਨੀ ਪਊਗੀ, ਫੇਰ ਹੋਊਗੀ ਕਿਵੇਂ ਕੀ ਦੇਖਾਂ, ਜਚਣਗੇ ਵੇ ਨਾਲੇ ਜਗ੍ਹਾ ਭਰ ਜੂਗੀ ਸਾਰੀ, ਦੇਖੋ ਤੁਸੀਂ ਐਂ ਲਾਦਾ ਕੁਛ, ਹੈ ਨਾ ਸਿਸਟਮ, ਅਤੇ ਆਹ ਵੱਢ ਕੇ ਮਤਲਬ ਇਹਦੇ ਵਿੱਚ ਆ ਜੂਗੀ ਇਹ ਪੇਟੀ, ਇਹਦੇ ਵਿੱਚ ਲੈ ਜਾਂਦੀ ਕਰਾਂਗੇ ਇਹ ਪੇਟੀ ਜਿਹੜੀ ਸਪੀਕਰ ਵਾਲੀ ਆ, ਠੀਕ ਆ ਯਾਰ ਸੋਹਣਾ ਲਾਦਾ, ਹੈ ਨਾ ਇਹਦੇ ਉੱਪਰ ਸਪੋਇਲਰ ਲਾ ਦੀ ਉਰੇ ਲਈ ਚੱਕ ਕੇ, ਉਹ ਤਾਂ ਪਿਆ ਉੱਥੇ ਖੂੰਜੇ 'ਚ ਪੈਤੀਆਂ ਬਣਵਾਉਂਦੇ ਹਾਂ ਇਹਦੀਆਂ, ਅਤੇ ਫਿਰ ਇਹਦੀ ਵਾਇਰਿੰਗ ਕਰ ਦਾਂਗੇ, ਹੈ ਨਾ ਐਂਪ ਉੱਪ ਲਾ ਕੇ, ਅਤੇ ਫਿਰ ਇਹਦੀ ਸੈਟਿੰਗ ਸੁਟਿੰਗ ਕਰਕੇ ਇਹਨੂੰ ਚਲਾ ਦਾਂਗੇ, ਹਾਂ ਲੈ ਪੁੱਠਾ ਰੱਖਤਾ ਮੈਂ, ਦੂਜੇ ਲੋਟ ਰੱਖ ਦੂਜੇ ਲੋਟ ਰੱਖ, ਐਂ ਹਾਂ ਐਂ ਹਾਂ ਇੱਥੇ ਨਹੀਂ ਜਾ ਇੱਥੇ ਰੱਖ, ਐਂ ਨਿਊ ਮਿਊਜ਼ਿਕ ਸਿਸਟਮ, ਨਹੀਂ ਇਹਨੂੰ ਆਪਾਂ ਉਹ ਥੋੜ੍ਹਾ ਮੋਡੀਫਾਈ ਕਰਕੇ ਨਾ ਵੱਢ ਟੁੱਕ ਕਰਕੇ ਇਹ ਆ ਜਾਣਾ ਸਹੀ ਸੀ ਆਪਣਾ ਸਾਰਾ ਕੁਛ, ਪਰ ਲਿੰਕਾਂ ਦਾ ਕੀ ਕਰੀਏ, ਲਿੰਕਾਂ ਖੁੱਲ੍ਹਣੀਆਂ ਪੈਣੀਆਂ, ਲਿੰਕਾਂ ਖੋਲ੍ਹ ਕੇ ਇਹਦੀ ਜਗ੍ਹਾ 'ਤੇ ਪੱਤੀਆਂ ਲੱਗਣੀਆਂ, ਠੀਕ ਆ, ਅਤੇ ਫਿਰ ਕੱਢੂਗਾ ਸਾਰਾ ਜਗਾੜ, ਐਂ ਕਰਨਾ ਪਊਗਾ ਆਪਾਂ, ਅਤੇ ਇੰਨਾ ਬਾਹਰ ਰਹੂਗਾ ਪਿੱਛੇ ਨੂੰ ਸਿਸਟਮ ਸਾਰਾ, ਐਂ ਲਾਵਾਂਗੇ, ਠੀਕ ਆ ਮੈਨੂੰ ਤਾਂ ਵਧੀਆ ਲੱਗਿਆ, ਸਪੋਇਲਰ ਵੀ ਲਾਤਾ ਆ ਵੀ ਲਾਉਣ। ਗੁੱਡ ਮੋਰਨਿੰਗ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਨਵ ਵਿੱਚ, ਅਤੇ ਰਾਤ ਜਿਵੇਂ ਤੁਸੀਂ ਦੇਖਿਆ ਵਲੋਗ ਦੇ ਵਿੱਚ ਆਪਾਂ ਆ ਪੇਟੀ ਰੱਖ ਕੇ ਦੇਖਦੇ ਸੀਗੇ ਇਹਦੇ ਪਿੱਛੇ, ਅਤੇ ਬਹੁਤ ਹੀ ਵਧੀਆ ਲੱਗੀ, ਅਤੇ ਆਪਾਂ ਇਹਨੂੰ ਇੱਥੇ ਹੀ ਫਿੱਟ ਕਰਾਵਾਂਗੇ,
ਅਤੇ ਕਰਾਉਂਦੇ ਹਾਂ ਫਿਰ ਟੱਚ ਦੀ ਥੱਲੇ ਉਹ ਬਣਾਉਂਦੇ ਹਾਂ ਹੈ ਨਾ ਸਾਰੀਆਂ ਪੱਤੀਆਂ ਪੁੱਤੀਆਂ ਲਿੰਕਾਂ ਖੋਲ ਦਾਂਗੇ ਪੇਟੀ ਬਾਹਰ ਕੱਢ ਕੇ ਅਤੇ ਹੁੱਕ ਰੱਖ ਲਾਂਗੇ ਆਪਾਂ ਹੁੱਕ ਮਤਲਬ ਟਾਲੀ ਟੁਲੀ ਪਾਉਣੀ ਹੋਊਗੀ ਤਾਂ ਪੈ ਜਾਇਆ ਕਰੂਗੀ ਅਤੇ ਆਹ ਥੋੜ੍ਹੀ ਉੱਚੀ ਕਰਾਵਾਂਗੇ ਮਾੜੀ ਹੈ ਨਾ ਜਿਹੜਾ ਘੈਂਟ 'ਚ ਲੱਗੇ ਸਿਸਟਮ ਰਾਤ ਮੁੰਡਾ ਸਕੂਟਰ ਲੈ ਗਿਆ ਸੀਗਾ ਆਪਣੇ ਵਾਲਾ ਕਰਤੇ ਗਾਹਾਂ ਕਰਕੇ ਲਾ ਦੇ ਠੀਕ ਜਿਹਾ ਇਹਨੂੰ ਉਰੇ ਕਰ ਦੇ ਥੋੜ੍ਹਾ ਜਿਹਾ ਟਰੈਕਟਰ ਕੱਢਾਂਗੇ ਬਾਅਦ 'ਚ ਬਰਨਾਲੇ ਚੱਲੇ ਸੀਗੇ ਟਵਿੱਟਰ ਫੜਨਾ ਆਪਾਂ ਟਵਿੱਟਰ ਉਰੇ ਲਾਉਣੇ ਆ ਚਾਰ ਅਤੇ ਦੇਖ ਕੇ ਉੱਥੋਂ ਜਿਹੜੇ ਵਧੀਆ ਲੱਗੇ ਆਪਾਂ ਉਹ ਲੈ ਆਵਾਂਗੇ ਫਿਰ ਇਹਦੇ ਮੂਹਰੇ ਲਾਵਾਂਗੇ ਬੰਪਰ 'ਤੇ ਸੋਹਣੇ ਲੱਗਣਗੇ ਲੱਗੇ ਹੋਏ ਚਲੋ ਚੱਲੀਏ ਹੋਰ ਫਿਰ ਦੀਪ ਕਿਵੇਂ ਆ ਠੀਕ ਆ ਮੈਂ ਹੈ ਨਾ ਅਸੀਂ ਬਰਨਾਲੇ ਆ ਗਏ ਸੀ ਟਵਿੱਟਰ ਲੈਣ ਟਵਿੱਟਰ ਦੇਖਦੇ ਸੀਗੇ ਐਸ ਐਮ ਕੋਲ ਐਸ ਐਮ ਕਾਰ ਫੋਨ ਅਤੇ ਬਾਈ ਨੇ ਨਵੀਂ ਉਹ ਲਿਆਂਦੀ ਓਲਾ ਦੀ ਸਕੂਟਰੀ ਵਧਾਈਆਂ ਬਾਈ ਤੈਨੂੰ ਥੈਂਕ ਯੂ ਅਤੇ ਨਵੀਂ ਸਕੂਟਰੀ ਕਿੰਨੀ ਦੀ ਪੈ ਗਈ ਆਪਾਂ ਨੂੰ ਇਹ ਇੱਕ ਲੱਖ ਤੇਈ ਹਜ਼ਾਰ ਦੀ ਪੈ ਗਈ ਐਸ ਵਨ ਏਅਰ ਆ ਇਹ ਠੀਕ ਆ ਇਹ ਤਾਂ ਨੰਬਰ ਪਲੇਟ ਲਾਉਣੀ ਪੈਂਦੀ ਆ ਨਾ ਕਿਉਂਕਿ 40 ਤੋਂ ਉੱਪਰ ਜਾਂਦੀ ਹੈਗੀ ਇਹ ਕਿੰਨੀ ਟੌਪ ਸਪੀਡ ਹੈ ਜੀ 95 ਇੱਕ ਵਾਰ ਚਾਰਜ ਕਰਕੇ ਚੱਲਦੀ ਹੈ 150 ਕਿਲੋਮੀਟਰ ਇੱਕ ਵਾਰ ਚਾਰਜ ਕਰਕੇ 150 ਕਿਲੋਮੀਟਰ ਚੱਲਦੀ ਹੈ ਚਾਚਾ ਇਹ ਤਾਂ ਵਧੀਆ ਚੀਜ਼ ਆ ਨਾ ਆਪਣੇ ਉੱਥੇ ਪਿੱਕੇ ਚੱਲਦੇ ਹੈਗੇ ਇੱਕ ਵਾਰ ਚਾਰਜ ਕਰਕੇ ਆਪਾਂ ਸਮਾਨ ਲੈ ਲਿਆ ਸੀਗਾ ਆਪਾਂ ਟਵਿੱਟਰ ਚੂਜ਼ ਕੀਤੇ ਆਹ ਵਾਲੇ ਜਿਹੜੇ V12 ਹੁੰਦੇ ਹੈਗੇ V12 ਅਤੇ ਇਹ ਸੋਹਣੇ ਲੱਗਣਗੇ ਇਹ ਲੱਗੇ ਹੋਏ ਮੈਂ ਮੂਹਰੇ ਲਾਉਣੇ ਆ ਬੰਪਰ ਦੇ ਕੋਲ ਹੈ ਨਾ ਜਿੱਥੇ ਆਪਾਂ ਉੱਤੇ ਜਗਾੜ 'ਚ ਬਣਾਉਣਾ ਉਹ ਇਹ ਵਧੀਆ ਲੱਗਣਗੇ ਉੱਥੇ ਲੱਗੇ ਹੋਏ ਅਤੇ ਇੱਕ ਆਪਾਂ ਨੂੰ ਚਾਹੀਦਾ ਸੀਗਾ ਐਂਪ ਅਤੇ ਬਾਈ ਹੁਣਾਂ ਕੋਲ ਆਹ ਪਿਆ ਸੀਗਾ ਬੋਸਨਿਕ ਦਾ ਪਾਵਰ ਆਫ ਕਾਰ ਆਪਾਂ ਤਾਂ ਸਪੀਕਰ ਹੀ ਚਲਾਉਣੇ ਹੈਗੇ ਇਹ ਤਾਂ ਆਪਾਂ ਸਪੀਕਰ ਚਲਾ ਲਾਂਗੇ 4 ਚੈਨਲ ਹੈਗਾ ਇਹ ਅਤੇ ਆਪਣੇ ਸਪੀਕਰ ਵਧੀਆ ਚੱਲ ਪੈਣਗੇ 3 ਸਪੀਕਰ ਚਲਾਉਣੇ ਆ ਬਾਕੀ 4 ਟਵਿੱਟਰ 1 ਚੈਨਲ 'ਤੇ ਆਪਾਂ ਦੇਖਣਾ ਪਰ 1 ਚੈਨਲ 'ਤੇ ਦੇਖਦੇ ਹਾਂ ਵੀ ਇਹ 2 ਚੈਨਲਾਂ ਦੀ ਸੈਟਿੰਗ ਹੁੰਦੀ ਹੈਗੀ ਅਤੇ 2 ਚੈਨਲਾਂ ਦੀ ਸੈਟਿੰਗ ਹੁੰਦੀ ਹੈ ਇੱਕ ਦੀ ਸੈਟਿੰਗ ਘਟਾ ਲਾਂਗੇ ਜਾਂ ਤਾਂ ਸਪੀਕਰ ਜਿਹੜੇ 3 ਆ ਗਏ ਉਹ 2 ਚੈਨਲਾਂ 'ਤੇ ਚਲਾ ਲਾਂਗੇ ਬਾਕੀ ਦੇਖ ਲਾਂਗੇ ਬਾਕੀ ਲਾਈਟਾਂ ਵਗੈਰਾ ਬਾਈ ਸਿਰਾ ਕਰਾਉਂਦਾ ਯਾਰ ਐਲਈਡੀ ਆਉਂਦੀ ਹੈ ਫੋਨ ਦੀ ਠੀਕ ਆ ਇਹਦਾ ਕੀ ਪ੍ਰਾਈਸ ਆ ਦੇਖ ਲਾ ਲਾਂਗੇ ਰੇਟ ਕੋਈ ਨਾ ਠੀਕ ਆ ਜ਼ਰੂਰ ਮਾਰਿਓ ਮੇਰੇ ਕਹਿਣ 'ਤੇ ਗੇੜਾ ਹੈ ਨਾ ਬਰਨਾਲਾ ਅਤੇ ਆਹ ਬਾਈ ਹੁਣਾਂ ਦੀ ਵਾਇਰਿੰਗ ਵੂਰਿੰਗ ਪਈ ਆ ਬੂਫਰਾਂ ਦੀ ਵਾਇਰਿੰਗ ਵੂਰਿੰਗ ਕਰ ਦਿੰਦੇ ਹੈਗੇ ਬਹੁਤ ਸਹੀ ਰੇਟ 'ਚ ਠੀਕ ਆ ਆਹ JBL ਦੇ ਸਪੀਕਰ ਪਏ ਆ ਉੱਧਰ ਓਕੇ ਇਨਫਿਨਿਟੀ ਦੇ ਆ ਗਏ ਸਪੀਕਰ ਅਤੇ ਬਹੁਤ ਘੈਂਟ ਕੰਮ ਆ ਦੇਖੋ ਜੀ ਡੈਸ਼ ਕੈਮ ਆ ਗਿਆ ਇਹ ਤਾਂ ਬਹੁਤ ਵਧੀਆ ਯਾਰ ਬਹੁਤ ਵਧੀਆ ਚੀਜ਼ ਹੈ ਤੁਹਾਨੂੰ ਲੈਣੀ ਚਾਹੀਦੀ ਹੈ ਸੇਫਟੀ ਹੈ ਇਹਦੀ ਹੈ ਨਾ ਜੇ ਕੋਈ ਵੀ ਐਕਸੀਡੈਂਟ ਵਗੈਰਾ ਹੁੰਦਾ ਤਾਂ ਬੰਦੇ ਕੋਲ ਸਬੂਤ ਰਹਿੰਦਾ ਵੀ ਮੇਰੀ ਗਲਤੀ ਨਹੀਂ ਸੀ ਕਿਸੇ ਹੋਰ ਦੀ ਹੈ ਨਾ ਡੈਸ਼ ਕੈਮ ਨਾਲ ਅਤੇ ਹਾਈਪਰਸੋਨਿਕ ਦੇ ਸਪੀਕਰ ਪਏ ਹੈਗੇ ਇੱਧਰ JBL ਹੋ ਗਿਆ ਸੋਨੀ ਹੋ ਗਿਆ ਪਾਇਨੀਅਰ ਦੇ ਪਏ ਹੈਗੇ ਓਵਲ ਜੇ ਕਿਸੇ ਨੇ ਲੈਣੇ ਆ ਇਹ ਕਿਉਂਕਿ ਅੱਜ ਕੱਲ੍ਹ ਹੈ ਨਾ ਟਰੈਕਟਰਾਂ 'ਤੇ ਬਹੁਤ ਚੱਲਦੇ ਹੈਗੇ ਓਵਲ ਕਿਉਂਕਿ ਇਹਨਾਂ 'ਚ ਟਵਿੱਟਰ ਵੀ ਆ ਜਾਂਦੇ ਆ ਮਿਡ ਰੇਂਜ ਵੀ ਆ ਜਾਂਦੇ ਦੋਨੇ ਚੀਜ਼ਾਂ ਆ ਜਾਂਦੀਆਂ ਨੇਗੀਆਂ ਅਤੇ ਬਹੁਤ ਵਧੀਆ ਚੀਜ਼ ਆ ਇਹ ਹਾਂ ਵਾਰਿੰਗ ਤਾਂ ਵਧੀਆ ਕੈਮਰੇ ਵੀ ਪਏ ਆ ਬਾਈ ਕੋਲੇ ਬੋਸਨਿਕ ਦੇ HD ਆ ਇਹ ਕੋਲੇ ਬੇਸ ਟਿਊਬਾਂ ਵੀ ਪਈਆਂ ਨੇਗੀਆਂ ਅਤੇ ਬਾਕੀ ਜਿਹੜਾ ਵੀ ਸਮਾਨ ਕਹੋਗੇ ਮਤਲਬ ਵੱਡਾ ਵੂਫਰ ਲਵਾਉਣਾ ਜਾਂ ਕੋਈ ਵੀ ਸਿਸਟਮ ਲਵਾਉਣਾ ਬਾਈ ਮੰਗਾ ਕੇ ਵੀ ਲਵਾ ਆਉਂਦਾ ਗਾ ਹੁਣ ਆਪਾਂ ਸਮਾਨ ਮੰਗਾਇਆ ਸੀਗਾ ਬਾਈ ਤੋਂ ਅਤੇ ਬਾਈ ਨੇ ਆਪਾਂ ਨੂੰ ਮੰਗਾ ਕੇ ਦਿੱਤਾ ਅਤੇ ਬਹੁਤ ਹੀ ਜਾਇਜ਼ ਰੇਟ ਆ ਯਾਰ ਤੁਹਾਨੂੰ ਜਾਇਜ਼ ਰੇਟ ਲਾਓ ਬਾਈ ਡੈਂਪਿੰਗ ਡੂੰਪਿੰਗ ਵੀ ਕਰ ਦਿੰਦੇ ਆ ਸਾਰੀ ਡੈਂਪਿੰਗ ਵੀ ਕਰ ਦਿੰਦੇ ਆ ਠੀਕ ਆ ਆਪਣੀ ਗੱਡੀ ਦੇ ਜਿਹੜੇ ਲਾਈਟਾਂ ਪਾਈਆਂ ਸੀਗੀਆਂ ਉਹ ਬਾਈਕ 'ਤੇ ਪਵਾ ਕੇ ਲੈ ਕੇ ਗਏ ਸੀ ਜੇ ਤੁਹਾਨੂੰ ਯਾਦ ਹੋਵੇ ਅਤੇ ਯਾਰ ਮੈਂ ਬਾਈ ਨੂੰ ਨਾ ਰਿਵਿਊ ਦੇਣਾ ਚਾਹੁੰਦਾ ਗਾ ਬਾਈ ਉੱਧਰ ਮੈਂ ਲਾਈਟਾਂ ਪਵਾ ਕੇ ਲੈ ਕੇ ਗਿਆ ਹੈ ਨਾ ਅਤੇ ਮੈਨੂੰ ਸੀਗਾ ਵੀ ਮਾੜਾ ਮੋਟਾ ਕਾਰਨ ਹੋਊਗਾ ਪਰ ਜੋ ਚਲਾਉਂਦੇ ਆ ਮਤਲਬ ਬੂਰ ਅੰਨਾ ਹੀ ਹੋ ਜਾਂਦਾ ਗਾ ਲਾਈਟਾਂ ਦੀ ਰੋਸ਼ਨੀ ਬਹੁਤ ਆ ਕਿਉਂਕਿ ਇੱਥੇ ਯਾਰ ਇੰਡੀਆ 'ਚ ਹੈ ਨਾ ਇੱਕ ਪ੍ਰੋਬਲਮ ਰਹਿੰਦੀ ਆ ਸਿੰਗਲ ਰੋੜਾਂ 'ਤੇ ਚਾਨਣ ਨਹੀਂ ਹੁੰਦਾ ਦੂਜੀਆਂ ਲਾਈਟਾਂ ਦਾ ਇੱਕ ਕਦੇ ਕੁਛ ਹੈ ਨਾ ਰਾਤ ਨੂੰ ਇੱਥੇ ਚਾਨਣ ਘੱਟ ਹੁੰਦਾ ਗਾ ਤਾਂ ਕਰਕੇ ਉੱਥੇ ਤਾਂ ਸਟਰੀਟ ਲਾਈਟਾਂ ਬਹੁਤ ਹੁੰਦੀਆਂ ਨੇਗੀਆਂ ਅਤੇ ਇੱਥੇ ਘੱਟ ਹੁੰਦਾ ਤਾਂ ਕਰਕੇ ਪਾਉਣੀਆਂ ਪੈ ਜਾਂਦੀਆਂ ਨੇਗੀਆਂ ਕਿ ਫੋਗ ਲੈਂਪ ਵੀ ਮੰਗਾਏ ਹੋਏ ਹੈਗੇ ਬਾਈ ਨੇ ਲਿਆ ਦੇਣੇ ਹੈਗੇ ਫਿਰ ਆਪਾਂ ਪਵਾ ਦਾਂਗੇ ਗੱਡੀ ਸਾਡੀ ਹੈ ਨਾ ਉੱਥੇ ਪਾਰਕਿੰਗ ਲਾ ਦੇਣੀ ਸੀ ਜਿੱਥੇ ਅਸੀਂ ਜਾਣਾ ਸੀਗਾ ਉੱਥੇ ਮੋਟਰਸਾਈਕਲ 'ਤੇ ਜਾਣਾ ਸੀਗਾ ਅਸੀਂ ਪੇਡ ਪਾਰਕਿੰਗ ਇੱਥੇ ਲਾਤੀ ਅੰਦਰ ਇਹ 'ਚ ਚੱਲੇ ਹੋਣੇ ਸੀ ਬਾਈ ਹੌਲੀ ਚਲਾਈ ਯਾਰ ਪਲਟਾਰ ਆ ਦੇਈ ਬੈਠਿਆ ਸੱਜਣ ਲਓ ਜੀ ਅਸੀਂ ਬਾਜ਼ਾਰ 'ਚ ਫਿਰਦੇ ਸੀਗੇ ਅਸੀਂ ਪੱਗਾਂ ਲੈ ਲਈਆਂ ਖੜੇ ਖੜੇ ਪੈਸੇ ਲੱਗ ਜਾਂਦੇ ਆ ਪੱਗਾਂ 'ਤੇ ਆ ਗਿਆ ਉਹ ਪਿੱਪਲੀ ਉਹ ਆ ਗਿਆ ਪਿੱਪਲੀ ਚੌਂਕ ਆ ਗਿਆ ਹੁਣ ਆਪਾਂ ਕਿੱਧਰ ਜਾਣਾ ਹੁਣ ਇੱਥੋਂ ਲੋਹੇ ਬਾਜ਼ਾਰ ਵੱਲ ਆ ਗਿਆ ਆਪਾਂ ਤਾਂ ਬਹਿ ਕੇ ਜਾਣਾ ਪੈਣਾ ਉਈ ਗੇੜਾ ਕੱਢਣ ਆ ਗਏ ਸੀਗੇ ਲਓ ਜੀ ਤਾਂ ਮੈਂ ਪਿੰਡ ਆ ਗਿਆ ਸੀਗਾ ਇੱਥੇ ਪਿੰਡ ਆ ਕੇ ਆਪਾਂ ਚੱਕ ਲਿਆਂਦਾ ਸੋਹਣੀ ਬਾਈ ਜੀ ਨੂੰ ਸੋਹਣੀ ਬਾਈ ਜੀ ਕੀ ਹਾਲ ਨੇ ਤੁਹਾਡੇ ਕੁਛ ਦੱਸੋਗੇ
ਇਹ ਹੈ ਆਪਣਾ ਕੈਮਰਾ ਮਤਲਬ ਦੇਖਣਗੇ ਲੱਖਾਂ ਜਾਣੇ ਤੇ ਉਹ ਆਨਲਾਈਨ ਨਹੀਂ ਦੇਖਣਗੇ ਤੇ ਸੋਹਣੀ ਬਾਈ ਜੀ ਆਪਣਾ ਕੰਮ ਕਰਨਗੇ ਟਰੈਕਟਰ ਬਾਹਰ ਹੀ ਕੱਢੀ ਜੀ ਇੱਥੇ ਠੀਕ ਆ ਬਾਹਰ ਹੀ ਵਧੀਆ ਥੋੜ੍ਹਾ ਇੱਥੇ ਜੇ ਕਰ ਲੈਣੇ ਇੱਥੇ ਪਲੱਗ ਹੈਗਾ ਇਹ ਪਲੱਗ ਤੇ ਚੱਲੂ ਇਹ ਬੈਲੀ ਸੈੱਟ ਨਹੀਂ ਉਹ ਉੱਧਰ ਤਾਰਾਂ ਲਾ ਦਿੰਦੇ ਸਿੱਧੀਆਂ ਲਾਉਣੀਆਂ ਨਹੀਂ ਫਿਰ ਆਹ ਪਲੱਗ ਤੇ ਆਹ ਪਲੱਗ ਚੱਲ ਸਕਦਾ ਐਂ ਜਾਂਦੀ ਹੈ ਐਂ ਜਾ ਕੇ ਇੱਧਰ ਘੁੰਮ ਕੇ ਐਂ ਜਾਂਦੀ ਆ ਪਤਾ ਨਹੀਂ ਕਿੱਥੇ ਕਿੱਥੇ ਜਾਂਦੀ ਆ ਚਲੋ ਆਪਾਂ ਬਾਹਰ ਕੱਢੀਏ ਪੇਟੀ ਫਿੱਟ ਕਰਾਈਏ ਮੇਰੇ ਦੋਸਤੋਂ ਕੱਢੀਏ ਬਾਰੇ ਮਾੜਾ ਇੱਕ ਕਰ ਲਈਏ ਐਂ ਕਰ ਲੈਂਦੇ ਐਂ ਧੱਕ ਦਿੰਦੇ ਇਹਨੂੰ ਗਿਰ ਕੱਢੇ ਹੀ ਹੋਇਆ ਮੈਨੂੰ ਲੱਗਦਾ ਲਓ ਜੀ ਹੁਣ ਸਾਡਾ ਪਹਿਲਾ ਸਟੈਪ ਆ ਵੀ ਅਸੀਂ ਨਾ ਲਿੰਕਾਂ ਖੋਲ ਦਈਏ ਲਿੰਕਾਂ ਖੋਲ ਕੇ ਬਾਅਦ 'ਚੋਂ ਦੇਖਦੇ ਹਾਂ ਵੀ ਕਿਵੇਂ ਕਿਵੇਂ ਬਣਾਉਣਾ ਜਗਾੜ ਆਹ ਪੱਤੀਆਂ ਆਪਣੇ ਕੰਮ ਆ ਜਾਣਗੀਆਂ ਜਿਹੜੀਆਂ ਪਹਿਲਾਂ ਆਪਣੇ ਕੋਲ ਲੱਗੀਆਂ ਹੋਈਆਂ ਸੀਗੀਆਂ ਗਰੰਟਰ ਚੱਲਦਾ ਹੁਣ ਦੇਖੋ ਅਸੀਂ ਇਹਦੀਆਂ ਲਿੰਕਾਂ ਲੂੰਕਾਂ ਖੋਲਤੀਆਂ ਅਤੇ ਮੈਂ ਆਹ ਦੇਖੋ ਜਗਾੜ ਕਰਕੇ ਨੰਬਰ ਪਲੇਟ ਕਾਸਤੀ ਦੇਖੋ ਘੈਂਟ ਲੱਗਦੀ ਨਾ ਪੂਰੀ ਇਹਦੇ ਪਿੱਛੇ ਪੱਤੀਆਂ ਸੀਗੀਆਂ ਨਿੱਕੀਆਂ ਨਿੱਕੀਆਂ ਆਪਣੇ ਕੋਲ ਉਹ ਮੈਂ ਨਾਟਕ ਵਾਸਤੇ ਦੇਖ ਲਾ ਉਹ ਵੀ ਫਿੱਟ ਆ ਗਈ ਇਹ ਅਤੇ ਵਧੀਆ ਲੱਗ ਗਈ ਅਤੇ ਆਹ ਲਿੰਕਾਂ ਲੂੰਕਾਂ ਤਾਂ ਖੋਲ ਲਈਆਂ ਹੁਣ ਲਾਈਟ ਚਲੀ ਗਈ ਹੈ ਵੀ ਅਤੇ ਇਹਦੀ ਲਾਈਟ ਲਾਈ ਆ ਅਤੇ ਬਾਕੀ ਲਾਈਟ ਨਾਲ ਹੀ ਵੈਲਡਿੰਗ ਕਰਨੀ ਆਪਾਂ ਅਤੇ ਇਹਦੇ ਥੱਲੇ ਮੈਂ ਸੋਚਦਾ ਸੀ ਇਹਦੇ ਥੱਲੇ ਵਾਲੇ ਪਾਸੇ ਥੋੜ੍ਹੇ ਦੋ ਟੁੱਚ ਲਾ ਕੇ ਮਤਲਬ ਖੜਾ ਲਈਏ ਬੇਟੀ ਅਤੇ ਫਿਰ ਆਪਾਂ ਇੱਥੋਂ ਦੋ ਪੱਤੀਆਂ ਪਾ ਦਾਂਗੇ ਇਹਨੂੰ ਖੜਾ ਲਾਂਗੇ ਅਤੇ ਇਹਦੇ ਉੱਤੇ ਆਪਾਂ ਦੂਜੀ ਪੱਟੀ ਲਾਵਾਂਗੇ ਆਹ ਵਾਲੀ ਪੱਟ ਕੇ ਜਿਹੜੀ ਆਹ ਪਈ ਆ ਆਪਣੇ ਕੋਲ ਓਵਲਾਂ ਵਾਲੀ ਆਹ ਜਿਹੜੀ ਆਹ ਪਈ ਆ ਨੀਚੇ ਅਤੇ ਆਹ ਬੂਹਰ ਆਪਾਂ ਪੁੱਠੇ ਕਰਕੇ ਲਾਉਣੇ ਆ ਅਤੇ ਬਾਕੀ ਚਲੋ ਦੇਖਦੇ ਹਾਂ ਕੀ ਬਣਦਾ ਲਓ ਜੀ ਸ਼ੁਕਰ ਆ ਲਾਈਟ ਆਈ ਅਤੇ ਅਸੀਂ ਆਹ ਜਗਾੜ ਜਿਹਾ ਬਣਾਇਆ ਹੈਗਾ ਅਤੇ ਟੈਂਪਰੇਰੀ ਆਹ ਇਹ 'ਚ ਨੜ ਪੈਂਦੇ ਕਰਤੇ ਅਸੀਂ ਹੈ ਨਾ ਅਤੇ ਇਹ ਟੈਂਪਰੇਰੀ ਜਿਹਾ ਬਣਾਇਆ ਹੈਗਾ ਅਤੇ ਇਹਦੇ ਉੱਤੇ ਹਜੇ ਸਾਈਡਾਂ ਤੋਂ ਪੱਤੀਆਂ ਲੱਗਣੀਆਂ ਨਹੀਂ ਫਿਰ ਉੱਤੇ ਪੇਟੀ ਰੱਖੀ ਜਾਊਗੀ ਅਤੇ ਪੇਟੀ ਆਪਾਂ ਟੈਂਪਰੇਰੀ ਫਿੱਟ ਕਰਕੇ ਦੇਖਿਆ ਵੀ ਕਿਹੋ ਜਿਹੀ ਲੱਗਦੀ ਆ ਬਾਅਦ 'ਚ ਦੇਖਾਂਗੇ ਵਾਹ ਹੈ ਨਾ ਉਹ ਥੱਲੇ ਵਧੀਆ ਤਰੀਕੇ ਨਾਲ ਲੱਗ ਗਿਆ ਜਗਾੜ ਸਾਰਾ ਇਹ ਇੱਥੇ ਪੇਟੀ ਰੱਖ ਕੇ ਹੁਣ ਪੇਟੀ ਨੂੰ ਉੱਪਰੋਂ ਇੱਥੋਂ ਸਾਈਡ ਤੋਂ ਸਪੋਰਟਾਂ ਦੇ ਦਾਂਗੇ ਅਤੇ ਇਹਦੇ ਉੱਪਰ ਸਾਰਾ ਆਪਾਂ ਲੱਕੜੀ ਦਾ ਫਰੇਮ ਬਣਵਾਵਾਂਗੇ ਪਲਾਈਆਂ ਨਾਲ ਜਿਹੜਾ ਵਧੀਆ ਬਣਦਾ ਹੁੰਦਾ ਹੈ ਨਾ ਫਰੇਮ ਬਾਅਦ 'ਚੋਂ ਬਣੂਗਾ ਪਹਿਲਾਂ ਪੇਟੀ ਫਿੱਟ ਹੁੰਦੀ ਕਰ ਲਈ ਅਸੀਂ ਇਹ ਇੱਥੋਂ ਸਪੋਰਟਾਂ ਦੇਤੀਆਂ ਆਪਣੇ ਸਾਡੇ ਕੋਲ ਐਂਗਲਾਂ ਜਿੰਨੀਆਂ ਪਈਆਂ ਸੀ ਸਾਰੀਆਂ ਲਾ ਕੇ ਆਹ ਜਗਾੜ ਬਣਾ ਲਿਆ ਠੀਕ ਹੈਗਾ ਇਹ ਹਿਲਦਾ ਨਹੀਂ ਕਿਉਂਕਿ ਆਹ ਪੱਤੀ ਦੇਖੋ ਤੁਸੀਂ ਕਿੰਨੀ ਮੋਟੀ ਆ ਬਾਹਲੀ ਮੋਟੀ ਪੱਤੀ ਹੈ ਇਹ ਹਿਲਦੀ ਨਹੀਂ ਕਿਤੇ ਨਹੀਂ ਜਾਂਦੀ ਹੈਗੀ ਮਿਸਤਰੀ ਹੈ ਨਾ ਜਮੀ ਨਹੀਂ ਹਿਲਦੀ ਜੇ ਉੱਤੇ ਝੂਟੀ ਜਾਓ ਲੈ ਲੱਟ ਐਡ ਕਰਨ ਵਾਲੇ ਆ ਤਾਂ ਹਜੇ ਅਤੇ ਬਾਕੀ ਚਲੋ ਟੁੱਟ ਤਾਂ ਨਹੀਂ ਜਾਊਗੀ ਬਿਲਡਿੰਗ ਆਪਣੇ ਕੋਲ ਪਲੱਗ ਹੈਗਾ ਇਹਦੇ ਚ ਬਾਰਾਂ ਵੋਲਟ ਵਾਲਾ ਉਹਦੇ ਉੱਥੇ ਕਰੰਟ ਦਿੱਤਾ ਜਾਊਗਾ ਮਤਲਬ ਲਾਈਟਾਂ ਲਾ ਦਿੰਦੇ ਜਿਹੜੀਆਂ ਉਹ ਦਿਖਾਉਂਦਾ ਨੀ ਸੀ ਆਪਾਂ ਨੂੰ ਪੀਲੀਆਂ ਪੀਲੀਆਂ ਛੋਟੀ ਛੋਟੀਆਂ ਉਹ ਲੱਗ ਜਾਣਗੀਆਂ ਪਲੱਗ ਨਾਲ ਲੱਗਦੀਆਂ ਨੇ ਉਹ ਚਾਚਾ ਉਹ ਤਾਂ ਬੜੀ ਵਧੀਆ ਚੀਜ਼ ਆ ਉਹ ਲਾ ਦਾਂਗੇ ਦੋਨਾਂ ਦੇ ਚਾਰ ਲੱਗਣੀ ਉਹ ਚਾਰ ਹੀ ਹੁੰਦੀਆਂ ਨਹੀਂ ਦੋਨਾਂ ਦੇ ਅੱਖਾਂ ਅੱਖਾਂ ਚ ਲਾ ਦਿੰਦੇ ਪੀਲੀਆਂ ਜੇ ਲਾਲ ਲਾਵਾਂਗੇ ਅੱਖਾਂ ਤਾਂ ਲਾਲ ਲਾਲ ਚਾਹੀਦੇ ਨੇ ਆਹੋ ਹਾਂ ਲਾਲ ਹਾਂ ਲਾਈ ਮਾੜਾ ਜਿਹਾ ਦਿਖਾਈਏ ਆਪਾਂ ਕਹਿ ਚਲਾ ਚੱਕ ਮੈਂ ਕਹਿਣਾ ਓਕੇ ਰਿਪੋਰਟ ਹੋ ਜੂਗੀ ਅੱਖ ਤਾਂ ਚਾਚੇ ਦੀ ਵੀ ਲਾਲ ਹੀ ਰਹਿੰਦੀ ਹੈ ਆਪਾਂ ਲਾਈਟ ਵੀ ਆਹ ਇੱਥੋਂ ਤੱਕ ਮੈਟ ਬਲੈਕ ਹੀ ਕਰਾ ਦੇਣੀ ਆ ਸਾਰੀ ਐ ਮਤਲਬ ਇੱਥੋਂ ਮੈਟ ਬਲੈਕ ਕਰਾ ਕੇ ਇੱਥੋਂ ਇੰਨੀ ਆ ਸਾਈਡ ਤੋਂ ਲਾਲ ਆਪਣੇ ਲੈ ਪਈਆਂ ਤਾਂ ਹੈਗੇ ਨੇ ਪੁੱਤ ਚੱਲਦੀ ਕਿਹੜੀ ਕਿਹੜੀ ਲਾਈਟ ਦੀ ਆ ਆ ਸਾਈਡ ਤੋਂ ਕੁਝ ਨਹੀਂ ਚੱਲਦਾ ਇਹਦਾ ਆ ਲਾਈ ਮੜਾ ਜਾ ਆ ਬਾਈ ਇੰਨੀ ਕਿ ਚੱਲਦੀ ਆ ਸਾਰੀ ਬਲੈਕ ਕਰਾ ਦੇਣੀ ਆਪਾਂ ਆ ਸਾਰੀ ਬਲੈਕ ਕਰਾ ਦੇਣੀ ਚੱਲਦੀ ਗੱਲ ਆ ਇੱਥੋਂ ਆਹ ਇੱਥੋਂ ਰੱਖ ਕੇ ਟੇਪ ਐਂ ਇੱਧਰੋਂ ਇੱਥੇ ਤੱਕ ਇੱਥੋਂ ਐਂ ਕਰਕੇ ਐਂ ਇੱਥੋਂ ਤੱਕ ਸਾਰੀ ਬਲੈਕ ਕਰ ਦੇਣੀ ਆ ਜਿੰਨੀ ਚੱਲਦੀ ਆ ਉਨੀ ਰੱਖਾਂਗੇ ਪੈਸੇ ਬਚਾ ਦੇ ਇੰਨੇ ਕਿਉਂ ਬਸ ਇੱਥੋਂ ਤੱਕ ਤਾਂ ਇੱਥੋਂ ਤੱਕ ਹੀ ਲਾਉਣਾ ਸੀ ਕਿੱਡੀ ਗੱਲ ਸੀ ਜਾਇਆ ਆ ਯਾਰ ਰੋਜ਼ ਇੱਥੋਂ ਜਵਾਕ ਲੰਘਦੇ ਆ ਸਕੂਲ ਵਾਲੇ ਪੇਪਰ ਸੱਟ ਜਾਂਦੇ ਇੱਥੇ ਆ ਅਤੇ ਮੈਂ ਦੇਖਣਾ ਕੱਲ੍ਹ ਨੂੰ ਕੈਮਰੇ 'ਚ ਕੱਢ ਕੇ ਜਿਹੜਾ ਹੋਇਆ ਉਹਨੂੰ ਰੋਕ ਕੇ ਕਹੂੰਗਾ ਵੀ ਯਾਰ ਪੇਪਰ ਨਾ ਸੱਟਿਆ ਕਰੋ ਐਂ ਹੈ ਨਾ ਕਾਹਨੂੰ ਗਾਰਬੇਜ ਤੁਸੀਂ ਕਰ ਦਿਓਗੇ ਅਤੇ ਆਹ ਖੜਾ ਆਪਣਾ ਚੋਪਰ ਸਿਆ ਅਤੇ ਪੇਟੀ ਆਪਣੀ ਫਿੱਟ ਹੋ ਗਈ ਦਿਖਾਵਾਂ ਤੁਹਾਨੂੰ ਪੇਟੀ ਆਪਣੀ ਜੈਸ ਹੋ ਗਈ ਪੂਰੀ ਜੈਸ ਥੱਲੋਂ ਤਾਂ ਹੋ ਗਈ ਸੀ ਫਿੱਟ ਆਪਾਂ ਉੱਪਰ ਵੀ ਜਗਾੜ ਬਣਾਤਾ ਉਹ ਜਗਾੜ ਆਪਣਾ ਉੱਥੇ ਲਾ ਹੀ ਦਿੰਦੇ ਹਾਂ ਇੱਕ ਮਿੰਟ ਆਹ ਆਪਣਾ ਦੇਖੋ ਤੁਸੀਂ ਇਕੱਠਾ ਕਰ ਤੁਸੀਂ ਬੈਲਡਿੰਗ ਸੈੱਟ ਅਤੇ ਆਪਣੀਆਂ ਪੱਤੀਆਂ ਕਿੱਥੇ ਬਣ ਗਈਆਂ ਉਹ ਬਾਹਰੇ ਪਈਆਂ ਨੇ ਆਪਣੀਆਂ ਪੱਤੀਆਂ ਆਹ ਪਈਆਂ ਨੇਗੀਆਂ ਬਣੀਆਂ
ਤੇ ਇਹ ਉੱਪਰ ਲੱਗਣੀ ਹੈ ਇਹਦੇ ਇਹਦੇ ਉੱਪਰੋਂ ਸਪੋਰਟ ਬਣ ਗਈ ਤੇ ਇਹਦੇ ਆਲੇ ਦੁਆਲੇ ਆਪਾਂ ਬਣਾਉਣਾ ਲੱਕੜੀ ਦਾ ਫਰੇਮ ਉਹ ਫਿਰ ਬਣਾਵਾਂਗੇ ਕੱਲ ਨੂੰ ਹੈ ਨਾ ਅਤੇ ਇਹਦਾ ਇੰਨਾ ਕੁ ਕੰਮ ਸੀਗਾ ਉੱਪਰ ਇੱਥੇ ਆਪਾਂ ਲਾਵਾਂਗੇ ਸਪੀਕਰ ਵਾਲੀ ਪੇਟੀ ਇੱਥੇ ਇੰਨੀ ਕੁ ਜਗ੍ਹਾ 'ਚ ਪਿੱਛੇ ਦੇਖਣ ਨੂੰ ਜਗ੍ਹਾ ਨਹੀਂ ਛੱਡਣੀ ਆਪਾਂ ਜੀ ਪੇਟੀ ਕੱਢ ਕੇ ਅਸੀਂ ਬਾਸ ਲਾਈਆਂ ਵੈਲਡ ਕਰੀਆਂ ਸੀਗੀਆਂ ਕਿਉਂਕਿ ਨਟ ਜਿਹਾ ਸਹੀ ਨਹੀਂ ਆਉਂਦਾ ਸੀਗਾ ਅਤੇ ਇਹਦੇ 'ਚ ਨਟ ਨੁਟ ਜੇ ਪੈ ਜਾਣਗੇ ਜੁਗਾੜ ਹੀ ਲਾਇਆ ਮਤਲਬ ਦੇਸੀ ਹੈ ਨਾ ਅਤੇ ਆ ਵਾਇਰ ਵੂਰ ਇਹ ਤਾਂ ਮੈਂ ਨਟ ਕੱਸਿਆ ਸੀਗਾ ਚਲਾ ਕੇ ਦੇਖਣ ਨੂੰ ਡੈੱਕ ਅਤੇ ਇੱਥੇ ਆ ਕੱਢ ਕੇ ਨਟ ਛੋਟੇ ਲੈ ਕੇ ਪਾਉਣੀ ਆ ਕੰਮ ਬਹੁਤ ਹੈ ਅਤੇ ਪੇਟੀ ਹਜੇ ਆ ਵਧੀਆ ਤਰੀਕੇ ਨਾਲ ਇਹਦੇ ਆਲੇ ਦੁਆਲੇ ਪਲਾਈਆਂ ਪਲੀਆਂ ਬਣਾ ਕੇ ਨਾ ਗੱਲ ਬਣਾਉਣੀ ਹੈਗੀ ਅਤੇ ਆਹ ਪੇਟੀ ਲੱਗਣੀ ਆਪਣੀ ਧਰਦੀ ਇਹਨੂੰ ਵਿੱਚ ਵਿੱਚ ਧਰ ਦਿੰਦੇ ਹਾਂ ਵਿੱਚ ਧਰ ਕੇ ਉਹ ਪੱਤੀਆਂ ਨੂੰ ਕੱਸਦੀ ਹੈ ਉਹ ਵਾਲੀਆਂ ਲੋ ਟਰੈਕਟਰ ਆਪਾਂ ਅੰਦਰ ਕਰਤਾ ਹੁਣ ਆਪਾਂ ਸਮਾਨ ਅੰਦਰ ਕਰ ਦਈਏ ਲਿੰਕਾਂ ਲੁੰਕਾਂ ਹੀ ਹੈ ਨਾ ਸਾਰਾ ਕੁਛ ਅਤੇ ਆਹ ਵੀ ਅੰਦਰ ਕਰ ਦਈਏ ਡੰਡਾ ਵੀ ਅੰਦਰ ਕਰ ਦਈਏ ਸਾਰਾ ਸਮਾਨ ਅੰਦਰ ਰੱਖ ਦਈਏ ਆਪਾਂ ਚੱਕ ਕੇ ਲਿੰਕਾਂ ਚਾਚਾ ਚਕਾਈ ਚਾਹਾ ਸਮਾਨ ਜਿਹੜਾ ਆਪਣਾ ਮਿਸਤਰੀ ਆ ਹੈ ਨਾ ਉਹਨੇ ਅੱਜ ਇੱਥੇ ਮੋਟਰ 'ਤੇ ਪੈਣਾ ਸੀਗਾ ਆਲੂਆਂ ਦੀ ਰਾਖੀ ਅਤੇ ਉਹਨੂੰ ਅਸੀਂ ਛੱਡਣ ਆਏ ਸੀਗਾ ਗੱਡੀ ਮਗਰ ਮਗਰ ਲਾ ਕੇ ਉਹ ਕਹਿੰਦਾ ਸਾਈਕਲ 'ਤੇ ਮੈਂ ਚਲਾ ਜਾਊਂਗਾ ਮੈਨੂੰ ਛੱਡ ਦਿਓ ਆ ਗਈ ਮੋਟਰ ਹੁਣ ਬਾਈ ਇੱਥੇ ਪੈਣਾ ਹੋਊਗਾ ਬਾਈ ਨੇ ਹੈ ਨਾ ਰਾਤ ਨੂੰ ਅਤੇ ਆਪਾਂ ਇੱਥੋਂ ਗੱਡੀ ਮੋੜ ਲਈਏ ਜਾਂ ਗਾਹਾਂ ਤੋਂ ਮੋੜ ਕੇ ਲਈਏ